ਕਿ ਜਦੋਂ ਤੱਕ ਆਪਾਂ ਇਹਨਾਂ ਅੱਗੇ ਮੰਗਾਂ ਮੰਗਣਗੇ ਤਾਂ ਉਹਦਾ ਆਪਾਂ ਕੁਝ ਨਹੀਂ ਮਿਲੇਗਾ। ਜਦੋਂ ਆਪਾਂ ਇਹਨਾਂ ਅੱਗੇ ਹੱਕ ਰੱਖਾਂਗੇ ਤੇ ਹੱਕ ਬਰਾਬਰ ਦਿੰਦੇ ਹੁੰਦੇ ਨੇ, ਮੰਗ ਤੇ ਮੰਗਾਂ ਭਖਾਰੀਆਂ ਦੀ ਹੁੰਦੀਆਂ ਨੇ। ਇਹਨਾਂ ਨੇ ਦੇਣਾ ਕੁਝ ਨਹੀਂ, ਇੱਥੇ ਬਿਠਾ ਕੇ ਇੱਥੇ ਖਾ ਲਿਓ, ਡੰਡੇ ਖਾ ਲਿਓ। ਅੱਜ ਤੋਂ 10 ਦਿਨ ਬਾਅਦ ਇੱਥੇ ਬੈਠੋ, ਇਹਨਾਂ ਨੂੰ ਕੀ ਤਕਲੀਫ ਆ ਯਾਰ, ਰੱਬ ਦਾ ਰਾਸ਼ਨ ਖਾਈ ਚਲੋ ਇੱਥੇ ਬੈਠੇ, ਸਾਲ ਬੈਠੇ ਰਹੋ। ਦੀਪ ਸਿੱਧੂ ਨੇ ਕਿਹਾ ਸੀਗਾ ਵੀ ਸੇਠਲਾ ਕਰਾਊਡ ਕਦੇ ਤੁਹਾਨੂੰ ਧੋਖਾ ਨਹੀਂ ਦਿੰਦਾ, ਅੱਪਰ ਵਾਲੇ ਕਦੇ ਤੁਹਾਨੂੰ ਰਗ ਫੜਾਂਗੇ ਨਾ, ਜਦ ਉਹਨਾਂ ਦੀ ਜਦ ਉਹਨਾਂ ਦੀ ਰਗ ਫੜਾਂਗੇ ਫੇਰ ਤਕਲੀਫ ਹੋਣੀ ਆ ਉਹਨਾਂ ਨੂੰ। ਐ ਤਾਂ ਇੱਥੇ ਜਿੰਨਾ ਮਰਜ਼ੀ ਬੈਠੇ ਰਹੋ ਯਾਰ, ਸਾਲ ਬੈਠੇ ਰਹੋ ਤੇ ਰੋਟੀਆਂ ਖਾਈ ਜਾਣਾ ਬੈਠੇ ਆ ਕੇ। ਇਹ ਬੈਰੀਗੇਟਰਾਂ ਦਾ ਹੀ ਬਹੁਤ ਬੜਾ ਇਸ਼ੂ ਬਣਾ ਲੈਂਦੇ ਨੇ। ਜੇ ਕਿਤੇ ਅੱਜ ਜਾ ਕੇ ਸੈਕਟਰੀਏਟ ਦਾ, ਸੁਪਰੀਮ ਕੋਰਟ ਦਾ, ਵਿਧਾਨ ਸਭਾ ਦਾ ਘਰਾਓ ਹੋਵੇ ਤਾਂ ਮਸਲਾ ਹੱਲ ਹੁੰਦਾ। ਆਪਣੇ ਹੁਣ ਬੰਦੀ ਸਿੰਘ ਨਹੀਂ ਚਲਾ ਸਕਦੇ, ਤਾਂ ਇਹਦੇ 'ਚ ਕਮਜ਼ੋਰੀਆਂ ਥੱਲੇ ਵਾਲੇ ਵਰਗ ਦੀਆਂ ਨਹੀਂ ਕਮਜ਼ੋਰੀਆਂ, ਉੱਪਰ ਵਾਲੇ ਅਹੁਦੇਦਾਰਾਂ ਦੀਆਂ ਕਮਜ਼ੋਰੀਆਂ ਨੇ। ਤਾਂ ਇੱਥੇ ਇੱਕ ਪਾਸੇ ਮੋਰਚਾ ਲੱਗ ਰਿਹਾ ਪੱਕਾ, ਅਤੇ ਦੂਸਰੇ ਪਾਸੇ ਜਿਹੜੇ ਨੌਜਵਾਨ ਨੇ ਉਹ ਅੱਗੇ ਜਾਣਾ ਚਾਹੁੰਦੇ ਨੇ ਕਿ ਅੱਗੇ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੀਆਂ ਰੋਕਾਂ ਨੇ ਉਹਨਾਂ ਨੂੰ ਹਟਾ ਕੇ ਅੱਗੇ ਜਾਇਆ ਜਾਵੇ ਅਤੇ ਚੰਡੀਗੜ੍ਹ ਦੇ ਵਿੱਚ ਵੜਿਆ ਜਾਵੇ। ਜੇ ਉੱਥੇ ਮੋਰਚਾ ਲਗਾਉਣਾ ਚਾਹੁੰਦੇ ਆ ਜਾਂ ਉਹਨਾਂ ਦੇ ਮਨਾਂ ਦੇ ਕੀ ਬਲਬਲੇ ਨੇ ਉਹ ਆਪਾਂ ਜਾਣਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਚਾਹੁੰਦੇ ਹੋ ਕਿ ਅੱਗੇ ਜਾਇਆ ਜਾਵੇ ਇੱਥੇ ਮੋਰਚਾ ਨਾ ਲੱਗੇ? ਨਹੀਂ, ਸਾਡਾ ਅੱਗੇ ਜਾਣ ਦਾ ਮਕਸਦ ਇਹ ਹੈ ਵੀ ਦੇਖੋ ਜਿਹੜੀ ਇਹ ਰੋਡ ਹੈ ਚੰਡੀਗੜ੍ਹ ਨੂੰ ਅਜਿਹੀਆਂ 500 ਰੋਣਾ ਜਾਨੀਆਂ, ਇਹਦਾ ਮਤਲਬ ਐਂ ਥੋੜ੍ਹੀ ਵੀ ਆਪਾਂ ਆਪਣੇ ਪੰਜਾਬੀ ਭਰਾਵਾਂ ਨੂੰ ਹੀ ਦੁਖੀ ਕਰੀਏ, ਪਹਿਲਾਂ ਵੀ ਆਪਣੇ ਪੰਜਾਬ ਦੇ ਜੇਲ੍ਹਾਂ ਜਾਂ ਪੰਜਾਬ ਨੂੰ ਹੀ ਦੁਖੀ ਕਰੀਏ। ਜਿਹੜਾ ਚੰਡੀਗੜ੍ਹ ਹੈ ਉਹ ਭਾਜਪਾ ਦੇ ਅੰਡਰ ਦੀ ਸਟੇਟ ਹੋ ਗਈ, ਇਸ ਟਾਈਮ ਪੰਜਾਬ ਦੇ ਹੱਥੋਂ ਖੁੱਸ ਚੁੱਕੀ ਸਟੇਟ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿਉਂਕਿ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਪਤਾ ਵੀ ਨਹੀਂ ਹੈ ਵੀ ਬੰਦੀ ਸਿੰਘ ਕੌਣ ਹੈ, ਇਹ ਕੌਣ ਲੋਕ ਨੇ, ਪੰਜਾਬ ਵਾਲਿਆਂ ਦਾ ਪਤਾ ਹੈ। ਆਪਾਂ ਪਿਛਲੇ ਸਾਲ ਵੀ ਇੱਥੇ ਇੱਥੋਂ ਇੱਥੇ ਤੱਕ ਤਾਂ ਆਪਾਂ ਸ਼ਾਂਤ ਨਹੀਂ ਪਤਾ ਸੀ, ਪਿਛਲੇ ਸਾਲ ਵੀ ਕੀਤਾ ਤਾਂ ਗਵਰਨਰ ਨੂੰ ਮੰਗ ਪੱਤਰ ਦਿਆ ਤਾ, ਪਰ ਜੇ ਇੱਥੇ ਹੀ ਖੜਨਾ ਫਿਰ ਤਾਂ ਮੇਰੇ ਸਾਲ ਪਿਛਲੇ ਸਾਲ ਹੀ ਆਪਾਂ ਨੂੰ ਕੋਈ ਸਟੈਪ ਚੱਕ ਲੈਣੇ ਚਾਹੀਦੇ ਸੀਗੇ। ਪਹਿਲਾਂ ਵੀ ਜਿਹੜਾ ਮਾਰਚ ਉਹ ਕੱਢਿਆ ਗਿਆ ਸੀ ਉਹਨੂੰ ਵੀ ਇੱਥੇ ਰੋਕ ਲਿਆ ਗਿਆ ਸੀ, ਅਤੇ ਉਸ ਤੋਂ ਬਾਅਦ ਅੱਗੇ ਜਾ ਕੇ ਮੰਗ ਪੱਤਰ ਜਿਹੜਾ ਗਵਰਨਰ ਨੂੰ ਦਿੱਤਾ ਗਿਆ ਸੀ, ਤਾਂ ਤੁਸੀਂ ਜਾ ਕੇ ਕੀ ਗਵਰਨਰ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਹੋ ਜਾਂ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਉਣਾ ਚਾਹੁੰਦੇ ਹੋ, ਤੁਹਾਡੀ ਮੰਗ ਕੀ ਹੈ? ਦੇਖੋ ਜੀ, ਮੰਗ ਪੱਤਰ ਦਾ ਮਤਲਬ ਹੈਗਾ ਮੰਗਾਂ, ਅਸੀਂ ਇਸ ਵਾਰ ਕੋਈ ਭਿਖਾਰੀ ਤਾਂ ਹੈ ਨਹੀਂ, ਅਸੀਂ ਅਕਾਲ ਪੁਰਖ ਸਾਹਿਬ ਦੇ ਰਾਜੇ ਮਹਾਰਾਜੇ ਬੁਨਿਆਦੀ ਪੁੱਤਰ ਹਾਂ, ਅਤੇ ਸਾਡਾ ਕੋਈ ਇਹੋ ਜਿਹਾ ਮਕਸਦ ਨਹੀਂ ਹੈ ਨਾ ਅੱਗੇ ਅਸੀਂ ਹੱਥ ਭੀਖ ਮੰਗ ਕੇ ਅੱਡੀਏ। ਸਾਡਾ ਮਕਸਦ ਹੈ ਜਦੋਂ ਕੌਮ 'ਚ ਕੋਈ ਸਾਰੇ ਸਿੰਘਾਂ ਜੰਗਲਾਂ 'ਚ ਚਲੇ ਗਏ ਸੀਗੇ ਤਾਂ ਉੱਥੇ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਦੋ ਨੇ ਟੋਲ ਟੈਕਸ ਲਾ ਕੇ ਦੱਸ ਦਿੱਤਾ ਕਿ ਸਿੱਖ ਕੌਮ ਜਿਉਂਦੀ ਹੈ, ਅਤੇ ਆਪਾਂ ਨੂੰ ਅੱਜ ਵੀ ਜਿਉਂਦੇ ਹੋਣ ਦਾ ਸਬੂਤ ਦੇਣਾ ਪਊਗਾ ਕਿ ਜਦੋਂ ਤੱਕ ਆਪਾਂ ਇਹਨਾਂ ਅੱਗੇ ਮੰਗਾਂ ਮੰਗਣਗੇ ਤਾਂ ਉਹ ਆਪਾਂ ਨੂੰ ਕੁਝ ਨਹੀਂ ਮਿਲੇਗਾ। ਜਦੋਂ ਆਪਾਂ ਇਹਨਾਂ ਅੱਗੇ ਹੱਕ ਰੱਖਾਂਗੇ ਤੇ ਹੱਕ ਬਰਾਬਰ ਦਿੰਦੇ ਹੁੰਦੇ ਨੇ, ਮੰਗ ਤੇ ਮੰਗਾਂ ਭਿਖਾਰੀਆਂ ਦੀਆਂ ਹੁੰਦੀਆਂ ਨੇ ਜੀ। ਉੱਥੇ ਵੀ ਜਿਹੜਾ ਮੋਰਚਾ ਹੈ ਕਿ ਮੋਰਚਾ ਲਾਇਆ ਜਾਣਾ, ਮੇਰੀ ਮੰਗ ਇਹ ਹੈ ਕਿ ਮੋਰਚਾ ਲਾਇਆ ਜਾਣਾ ਅੱਗੇ ਜਾ ਕੇ ਗਵਰਨਰ ਹਾਊਸ 'ਤੇ ਜਾ ਕੇ ਬੈਠਣਾ ਚਾਹੁੰਦੇ, ਬੈਠਣਾ ਕਿੱਥੇ ਚਾਹੁੰਦੇ ਚੰਡੀਗੜ੍ਹ ਦੇ? ਨਹੀਂ ਦੇਖੋ ਜੀ, ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਹ ਸੜਕਾਂ ਅਜਿਹੀਆਂ, ਕਿੰਨੀਆਂ ਹੀ ਸੜਕਾਂ ਮੋਹਾਲੀ ਨਾਲ ਅਟੈਚ ਹੁੰਦੀਆਂ, ਅਸੀਂ ਚਾਹੁੰਦੇ ਕੋਈ ਅਜਿਹੀ ਭੀੜ ਵਾਲੀ ਜਗ੍ਹਾ ਅੱਗੇ ਜਾ ਲਓ, ਅੱਗੇ ਚੌਂਕ ਦੇ ਚਲੇ ਤਾਂ ਅੱਗੇ 43 ਵਾਲਾ ਬੱਸ ਅੱਡਾ 'ਚ ਉੱਥੇ ਲਾ ਲਓ, ਕੁਛ ਕਿਸੇ ਪਤਾ ਤਾਂ ਲੱਗੇ ਵੀ ਜੇ ਜਾਮ ਲੱਗਿਆ ਇੱਥੇ, ਆਪਣੇ ਲੋਕਾਂ ਨੂੰ ਤੰਗ ਪਛਾਣ, ਇੱਥੇ ਕੋਈ ਸੜਕ ਹੈ ਨਹੀਂ, ਕਿੰਨੇ ਇਲਾਕਿਆਂ ਨੂੰ ਕੱਟੇ, ਇੱਥੇ ਬਿਨਾਂ ਮਤਲਬ ਬੇਪਛੂਲ ਮੋਰਚੇ ਇੱਥੇ ਲਾਉਣ ਦੀ ਸੋਚ ਰਹੇ ਹਾਂ। ਇੱਥੇ ਮੋਰਚਾ ਲੱਗਦਾ ਆ ਤਾਂ ਉਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਆ ਉਹ ਨਹੀਂ ਪੈਣਾ? ਬਿਲਕੁਲ ਬਿਲਕੁਲ ਜੀ, ਹਾਂ ਜੀ ਹਾਂ, ਆਪਾਂ ਨੂੰ ਚਾਹੀਦਾ, ਆਪਾਂ ਨੂੰ ਜਿਵੇਂ 43 ਵਾਲਾ ਬੱਸ ਸਾਡਾ ਉਹ ਅਗਲੇ ਚੌਂਕ ਦੇ ਚਲੇ ਜਾਓ, ਜਾ ਕੇ ਗਵਰਨਰ ਹਾਊਸ ਚਲੇ ਜਾਊਗੇ, 17 ਕਿੰਨਿਆਂ ਬੀਜੀ ਰੋਡ 'ਤੇ ਜਾ ਕੇ ਧਰਨਾ ਲਓ, ਫ੍ਰੀ ਰੋਡ 'ਤੇ ਧਰਨਾ ਲਾਉਣ ਦੀ ਸੋਚ ਰਹੇ ਇੱਥੇ। ਪਹਿਲਾਂ ਵੀ ਮਾਰਚ ਉਰੇ ਤੱਕ ਆਇਆ ਸੀ ਤਾਂ ਹੋਰ ਤਮਾਮ ਜਿਹੜੇ ਮੋਰਚੇ ਨੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ, ਪੰਜਾਬ ਦੇ ਵਿੱਚ ਥਾਂ ਥਾਂ 'ਤੇ ਮੋਰਚਾ ਆਇਆ, ਜੀਰੇ ਮੋਰਚਾ ਲੱਗਿਆ ਹੋਇਆ, ਜਲੰਧਰ ਮੋਰਚਾ ਲੱਗਿਆ ਹੋਇਆ, ਬਰਗਾੜੀ ਦੋ ਮੋਰਚੇ ਜਿਹੜੇ ਬਹਿਬਲ ਕਲਾਂ ਉੱਥੇ ਜਿਹੜੇ ਦੋ ਮੋਰਚੇ ਨੇ ਲੱਗੇ ਹੋਏ ਨੇ, ਇੱਕ ਇੱਥੇ ਇੱਕ ਹੋਰ ਲੱਗਣ ਜਾ ਰਿਹਾ, ਲੱਗਦਾ ਕਿ ਇਹਨਾਂ ਦਾ ਹੱਲ ਹੈ। ਜਹੇਦਰ ਸਾਹਿਬ ਦਾ ਹੁਕਮ ਹੈ ਵੀ ਸਾਰੇ ਆਪਣੇ ਛੋਟੇ ਛੋਟੇ ਮੋਰਚੇ ਭੰਗ ਕਰਕੇ ਇੱਥੇ ਇੱਥੇ ਮੋਰਚੇ ਇੱਥੇ ਮੋਰਚਿਆਂ 'ਚ ਇੱਕ ਜਗ੍ਹਾ ਮੋਰਚਾ ਲਾਇਆ ਜਾਵੇ, ਅਤੇ ਉਹਦੇ 'ਚ ਸਾਰੀਆਂ ਮੰਗਾਂ ਰੱਖੀਆਂ, ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੀ ਇਨਸਾਫ, ਚਾਰ ਤਾਂ ਹੀ ਤਾਂ ਇਹਦਾ ਨਾਮ ਇਨਸਾਫ ਮੋਰਚਾ ਰੱਖਿਆ, ਸਾਰਿਆਂ ਨੂੰ ਇਕੱਠੇ ਕਰਕੇ ਇੱਥੇ ਲਿਆਂਦਾ ਗਿਆ ਜੀ। ਕਿਉਂ ਨਹੀਂ ਬਹਿਣਾ ਚਾਹੁੰਦੇ ਇੱਥੇ, ਜਿਵੇਂ ਆਗੂ ਨੇ ਉਹ ਕਹਿ ਰਹੇ ਨੇ ਕਿ ਉਰੇ ਬੈਠ ਜਾਓ? ਵੀਰੇ ਬੈਠਣਾ ਦਿੱਤਾ ਕੀ ਇਹਨਾਂ ਨੇ ਯਾਰ, ਇਹ ਦਿੰਦੇ ਕੀ ਨੇ ਸਾਨੂੰ? ਆਗੂ 'ਚ ਜਾ ਕੇ ਪਿਛਲੀ ਵਾਰ 5 ਜਣੇ ਗਏ ਸੀਗੇ, ਉਹ ਦੀਪ ਸਿੱਧੂ ਵਿਚਾਰਾ ਭੋਲਾ ਬੰਦਾ, ਠੀਕ ਹੈ, ਆਗੂਆਂ ਨੇ ਉਹਨੂੰ ਕਰਕੇ ਵੜਿਆ ਕੇ ਉਹਨਾਂ ਦਾ ਇੱਥੇ ਬਿਠਾ ਲਿਆ ਪਿਛਲੀ ਵਾਰ, ਉਹਨੇ ਕਹਿਤਾ ਚਲੋ ਸੰਗਤ ਨੇ ਦੀਪ ਸਿੱਧੂ ਕਰਕੇ ਸੰਗਤ ਅੱਜ ਤੋਂ ਵੱਧ ਸੰਗਤ ਗਈ ਹੈ, ਦੀਪ ਸਿੱਧੂ ਨੂੰ ਕਹਿ ਕੇ ਬਿਠਾ ਲਿਆ, ਠੀਕ ਹੈ, ਇਹਨਾਂ ਨੇ ਦੇਣਾ ਕੁਛ ਨਹੀਂ, ਇੱਥੇ ਬਿਠਾ ਕੇ ਇੱਥੇ ਖਾ ਲਿਓ, ਡੰਡੇ ਖਾ ਲਿਓ, ਅੱਜ ਤੋਂ 10 ਦਿਨ ਬਾਅਦ ਇੱਥੇ ਬੈਠੋ, ਇਹਨਾਂ ਨੂੰ ਕੀ ਤਕਲੀਫ ਆ ਯਾਰ, ਰੱਬ ਦਾ ਰਾਸ਼ਨ ਖਾਈ ਚਲੋ ਇੱਥੇ ਬੈਠੇ, ਸਾਲ ਬੈਠੇ ਰਹੇ ਹੋ, ਹੱਲ ਕੀ ਹੈ? ਇੱਥੋਂ ਜਾਓ ਸੀਐਮ ਹਾਊਸ ਘੇਰੋ ਜਾ ਕੇ, ਜਦ ਉਹਨਾਂ ਦੀ ਰਗ ਫੜਾਂਗੇ ਨਾ, ਜਦ ਉਹਨਾਂ ਦੀ ਰਗ ਫੜਾਂਗੇ ਫਿਰ ਤਕਲੀਫ ਹੋਣੀ ਆ ਉਹਨਾਂ ਨੂੰ, ਐਂ ਤਾਂ ਇੱਥੇ ਜਿੰਨਾ ਮਰਜ਼ੀ ਬੈਠੇ ਰਹੋ ਯਾਰ, ਸਾਲ ਬੈਠੇ ਰਹੋ ਤਾਂ ਰੋਟੀਆਂ ਖਾਈ ਜਾਣਾ ਬੈਠੇ ਆ ਕੇ। ਚਾਰ ਰਸਤੇ ਹੋਰ ਜਾਂਦੇ ਨੇ ਅੱਗੇ ਨੂੰ, ਜੇ ਆਪਾਂ ਰੋਕ ਵੀ ਲਈ ਇਹਨਾਂ ਨੂੰ ਕੋਈ ਅਸਰ ਨਹੀਂ ਪੈਣਾ, ਜੇ ਆਪਾਂ ਅੱਗੇ ਜਾ ਕੇ ਰੋਕਾਂਗੇ ਨਾ ਇਹਨਾਂ ਨੂੰ ਤਾਂ ਪਤਾ
ठीक है ना। आगू कह रहे ने के शांति पूर्वक रहना है जिथे प्रशासन रोक लैसी बना चाहुंदे। शांति तो साडे च हैगी है, अगले बख्शन शांति ता ना, अगले जान नहीं दिंदे। इन्हां नूं की लगदा बैरीकेड टप नहीं हुंदे, टप जांगे। नौजवान ने वो अगे वधना चाहते हैं कि अगे जाके ज्यादा सीएम हाउस का घरा किया जाए, गवर्नर हाउस का जहाँ तक घरा किया जाए, चंडीगढ़ के दाखिल होया जाए। ज कुछ नौजवानों के विचार ने कि चंडीगढ़ के कुछ जी भीड़ वाली थावान ने उत्थे बस अड्डे के कोल जिथों इन्हों का प्रभाव व्डे पद्धर के उत्ते नज़र आ सके, तो इन्होंने नौजवानों की यह मंग है। तो दूसरे पास इतने शांतिपूर्वक धरना जोड़ा वो लगया जा रहा। दूजी गल है भी तुम्हें कहा भी यदा हल, जदों 26 जनवरी नूं उत्थे गए सीगे जां दीप सिद्धू ने जदों 26 अपने नवंबर दे विच बैरीकेडर तोड़ के गए सीगे, जद भी तां दिल्ली पहुंचे आ। इह बैरीकेडरां दा ही बहुत बड़ा इशू बना लैंदे ने, जे किते अज जाके सैक्रटेरिएट दा, सुप्रीम कोर्ट दा, विधानसभा दा घराओ होवे तां मसला हल हुंदा है। देखो आगुआ नूं तां दीप सिद्धू ने कहा सीगा भी हेठला क्राउड कदे तुहानूं धोखा नहीं दिंदा, उपर वाले कदे तुहानूं साथ नहीं देंगे। भी तकरार वाली गल है जी, सानू कह के की आए थे भी चंडीगढ़ जाना, चंडीगढ़ है जी और चंडीगढ़ भी मोर्चा चंडीगढ़ लगना है, तो ऐसे करके साडा जिहड़ा सानू स्टार्टिंग से कंट्रोवर्सी च पा देंगे ने, जो कहने वो करना चाहिए। दीप सिद्धू ने उही को किया सीगा। अगवाई तो जी अकाल पुरख साहब कर सकते हैं, सिर्फ उही संपूर्ण है साढ़े च, बाकी सारे अधूरे ने। किसी किसी चीज़ की इच्छा, किसी किसी चीज़ की इच्छा, बस एक सिर्फ अकाल पुरख साहब है साडा। साडा सिर्फ एको ही कबाली है गुरु गोबिंद सिंह जी, जो तक आप दशमेश पिछा की शरण च नहीं आवेंगे, इन्हों भखारियों अगर आप कौलिए ले लेके इदा ही घूमेंगे। पर हुण सिख कौम जो तो अपने महाराज को अपने नादी पुत्र समझते हैं अकाल पुरख के, इन्होंने मुगे कौलिया लेके नहीं घूमेंगे जी। चलो है तो शांतमई रहना, कोई माड़ी गल नहीं है। महाराज किस महाराज ने पहला किन्ना चिर शांतमई भी रहा, जो जंगा टाइम जो जंगा भी लड़ी जाने शांतमई रहना, शांतमई भी रहना चाहता। पर गल इतने जो इन्ना कम सिख कौम ने एडे एडे मोर्चे, अहमद शाह अब्दाली वर्गे जो हिंदुआ दी धीआं भैणां लुट के लियांदे सी, सिंह उन्होंने जंगलों च रहिंदे सी भुखे पाने, वह भी उन्होंने खोह के वापस करते थे। अपने हुण बंदी सिंह नहीं छड़ा सकते, तो इहदे च कमजोरियां थले वाले वर्ग दीआं नहीं, कमजोरियां उपर वाले अहुदेदारां दीआं कमजोरियां ने। नौजवान ने जिहड़े वह अगे जाना चाहते ने, अते पर जो अगवाई कर रहे ने जिन्हां दे वल्लों कॉल दित्ती गई है, उन्हां नुमाइंदियां दा कहना है कि इत्थे ही मोर्चा लगाया जाऊगा, पक्का मोर्चा मोहाली दे विच चंडीगढ़ दीआं रोकां ने जिथे उत्थे पक्का मोर्चा जिहड़ा लगाया जाऊगा। पर नौजवानों के वलों इस गल नूं मंजूर नहीं किया जा रहा।